ਸਤਿ ਸ਼੍ਰੀ ਅਕਾਲ ਦੋਸਤੋ। ਕੱਲ੍ਹ ਸੰਗਰੂਰ ਤੋਂ ਜਿਹੜੇ ਸਾਂਸਦ ਨੇ ਐਮ ਪੀ ਨੇ ਭਗਵੰਤ ਮਾਨ ਜੀ, ਉਹਨਾਂ ਵੱਲੋਂ ਇੱਕ ਬਿਆਨ ਆਇਆ ਗਾ ਕਿ ਜਿਹਦਾ ਵਿੱਚ ਉਹਨਾਂ ਨੇ ਕਿਹਾ ਕਿ ਦੁੱਧ ਵਾਲਿਆਂ ਦਾ ਕੋਈ ਸਟੈਂਡ ਨਹੀਂ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ। ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਮੈਂ ਦਿਖਾ ਦਿਆਂ, ਅੱਖਾਂ ਖੋਲ੍ਹ ਕੇ ਦੇਖੋ ਜੀ, ਆਹ ਮੋਟਰਸਾਈਕਲ ਖੜ੍ਹੇ ਨੇ ਭਗਵੰਤ ਮਾਨ ਸਾਹਿਬ। ਆਹ ਮੋਟਰਸਾਈਕਲ ਸਾਰੇ ਸਟੈਂਡ 'ਤੇ ਆ। ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਸਾਰੇ ਮੋਟਰਸਾਈਕਲ ਨੇੜਿਓ ਕਰਕੇ ਦਿਖਾ ਦਿਓ ਜੀ। ਹਰ ਇੱਕ ਮੋਟਰਸਾਈਕਲ ਦੇ ਪ੍ਰੋਪਰ ਸਟੈਂਡ ਹੈ, ਉਹ ਆਪਣੇ ਸਟੈਂਡ 'ਤੇ ਖੜ੍ਹਾ ਹੈਗਾ। ਕਿਸੇ ਕੋਈ ਵੀ ਕੰਧ ਦਾ ਸਹਾਰਾ ਨਹੀਂ ਅਤੇ ਕਿਸੇ ਪਾਸੇ ਉਹ ਟੇਢਾ ਨਹੀਂ ਖੜ੍ਹਾ ਗਏ। ਸਾਰੇ ਹੀ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਦੇ ਸਟੈਂਡ 'ਤੇ ਖੜ੍ਹੇ ਨੇ। ਸੋ ਜਿਹੜੀ ਗੱਲ ਤੁਸੀਂ ਕੱਲ੍ਹ ਕਹੀ ਹੈ ਕਿ ਹਾਂ ਵੀ ਦੁੱਧ ਵਾਲਿਆਂ ਦਾ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਉਹ ਤੁਹਾਨੂੰ ਦਿਖਾ ਦਿੱਤਾ ਹੈਗਾ। ਸ਼ਾਇਦ ਤੁਹਾਡੀ ਨਿਗਾਹ ਘੱਟ ਕੰਮ ਕਰਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਦੁੱਧ ਵਾਲਿਆਂ ਦੇ ਸਟੈਂਡ ਨਹੀਂ ਦੇਖਦੇ ਗੇ। ਬਾਕੀ ਤੁਹਾਡਾ ਕੰਮ ਹੈ ਸਿਆਸੀ, ਤੁਸੀਂ ਲੋਕਾਂ ਦੀਆਂ ਭਾਵਨਾ ਨਾਲ ਖੇਡਦੇ ਹੋ। ਸਿਆਸੀ ਲੋਕ ਜਿਹੜੇ ਅਸੀਂ ਆਪਣੀ ਕਿਰਤ ਕਰਦੇ ਹਾਂ, ਅਸੀਂ ਆਪਣੇ ਬੱਚੇ ਪਾਲਦੇ ਹਾਂ ਇਸ ਦੁੱਧ ਵਾਲੇ ਮੋਟਰਸਾਈਕਲਾਂ ਦੇ ਉੱਪਰ। ਅਸੀਂ ਕਿਸੇ ਨਾਲ ਝੂਠ, ਫਰੇਬ, ਤੂਫਾਨ ਉਹੋ ਜਿਹਾ ਕੁਝ ਨਹੀਂ ਬੋਲਦੇ। ਅਸੀਂ ਆਪਣੇ ਬੱਚੇ ਪਾਲ ਰਹੇ ਹਾਂ, ਅਸੀਂ ਪ੍ਰੋਪਰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ। ਜ਼ਿੰਮੇਵਾਰੀ ਦੇ ਹਿਸਾਬ ਨਾਲ ਅਸੀਂ ਉੱਠ ਕੇ ਆਪਣੀ ਜਿਹੜੀ ਕਿਰਤ ਸ਼ੁਰੂ ਕਰਦੇ ਹਾਂ ਅਤੇ ਜ਼ਿੰਮੇਵਾਰੀ ਨਾਲ ਘਰ ਘਰ ਜਾ ਕੇ ਅਸੀਂ ਜਿਹੜਾ ਦੁੱਧ ਪਹੁੰਚਾਉਂਦੇ ਹਾਂ। ਸਾਡੇ ਮੋਟਰਸਾਈਕਲਾਂ ਦੇ ਉੱਪਰ ਜਿਹੜਾ ਹੈਗਾ ਕੁਆਂਟਲ ਕੁਆਂਟਲ ਡੇਢ ਡੇਢ ਕੁਆਂਟਲ ਜਿਹੜਾ ਵਜ਼ਨ ਹੁੰਦਾ, ਜਿਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਸਾਂਭਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਕੱਲੀ ਆਪਣੀ ਦੇਹ ਨੂੰ ਹੀ ਸਾਂਭ ਸਕਦੇ ਹੋ। ਬਹੁਤ ਵਾਰੀ ਵੇਖਿਆ ਕਿ ਤੁਹਾਡੀ ਦੇਹ ਲੈ ਕੇ ਤੁਹਾਡੇ ਤੋਂ ਚੱਲਿਆ ਨਹੀਂ ਜਾਂਦਾ ਗਾ। ਕਈ ਵਾਰੀ ਡੱਗ ਮਗਾਉਂਦੇ ਹੋ, ਅਸੀਂ ਅਕਸਰ ਹੀ ਉਹ ਚੈਨਲਾਂ ਦੇ ਵਿੱਚ ਵੇਖਿਆ। ਪਰ ਸਾਡੇ ਜਿਹੜੇ ਦੁੱਧ ਵਾਲੇ ਭਰਾਵਾਂ ਦਾ ਜਿਹੜਾ ਮਜ਼ਾਕ ਤੁਸੀਂ ਬਣਾਇਆ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਜਾਂ ਇਹਨਾਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਇਸ ਕਰਕੇ ਜਿਹੜੇ ਛੋਟੀ ਥੋੜੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਕਿ ਇਹ ਦੁੱਧ ਵਾਲਿਆਂ ਦਾ ਪ੍ਰੋਪਰ ਸਟੈਂਡ ਹੁੰਦਾ ਗਾ। ਇਹ ਸਾਡੇ ਵੀਰ ਬਹੁਤ ਹੀ ਮਿਹਨਤਕਸ਼ ਵੀਰ ਨੇ ਜਿਹੜੇ ਆਪਣੀ ਮਿਹਨਤ ਕਰਕੇ ਬੱਚੇ ਪਾਲ ਰਹੇ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਮਜ਼ਾਕ ਉਡਾਇਆ ਦੁੱਧ ਵਾਲਿਆਂ ਦਾ, ਪੂਰੇ ਹੀ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਦੁੱਧ ਦਾ ਧੰਦਾ ਕਰ ਰਹੇ ਨੇ ਲੋਕ, ਉਹਨਾਂ ਤੋਂ ਤੁਸੀਂ ਆਪਦੀ ਮਾਫ਼ੀ ਮੰਗੋ ਤਾਂ ਜੋ ਜਿਹੜੀ ਸਾਡੇ ਨਾਲ ਜਿਹੜੀ ਤੁਸੀਂ ਇਹ ਸਾਡੀ ਬੇਇੱਜ਼ਤੀ ਕੀਤੀ ਆ, ਸਾਡੇ ਵੀ ਧੰਦੇ ਦੀ ਬੇਇੱਜ਼ਤੀ ਕੀਤੀ ਆ, ਉਹ 'ਤੇ ਸਾਨੂੰ ਕੁਝ ਨਾ ਕੁਝ ਸਕੂਨ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਜੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਕੋਟਕਪੂਰੇ ਦੇ ਬਛਿੰਦੇ ਹੈ, ਜਿਹਨਾਂ ਕਿ ਜਿਵੇਂ ਕਿ ਸਾਡੇ ਨੇੜਲੇ ਪਿੰਡ ਸੰਧਵਾਂ ਦੇ ਕੁਲਤਾਰ ਸਿੰਘ ਜੀ ਸੰਧਵਾਂ ਐਮ ਐਲ ਏ ਹਨ, ਉਹਨਾਂ ਦੇ ਵਿੱਚ ਜੋ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਅਸੀਂ ਉਹਨਾਂ। ਸਤਿ ਸ਼੍ਰੀ ਅਕਾਲ ਦੋਸਤੋ। ਕੱਲ੍ਹ ਸੰਗਰੂਰ ਤੋਂ ਜਿਹੜੇ ਸਾਂਸਦ ਨੇ ਐਮ ਪੀ ਨੇ ਭਗਵੰਤ ਮਾਨ ਜੀ, ਉਹਨਾਂ ਵੱਲੋਂ ਇੱਕ ਬਿਆਨ ਆਇਆ ਗਾ ਕਿ ਜਿਹਦਾ ਵਿੱਚ ਉਹਨਾਂ ਨੇ ਕਿਹਾ ਕਿ ਦੁੱਧ ਵਾਲਿਆਂ ਦਾ ਕੋਈ ਸਟੈਂਡ ਨਹੀਂ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ। ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਮੈਂ ਦਿਖਾ ਦਿਆਂ, ਅੱਖਾਂ ਖੋਲ੍ਹ ਕੇ ਦੇਖੋ ਜੀ, ਆਹ ਮੋਟਰਸਾਈਕਲ ਖੜ੍ਹੇ ਨੇ ਭਗਵੰਤ ਮਾਨ ਸਾਹਿਬ। ਆਹ ਮੋਟਰਸਾਈਕਲ ਸਾਰੇ ਸਟੈਂਡ 'ਤੇ ਆ। ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਸਾਰੇ ਮੋਟਰਸਾਈਕਲ ਨੇੜਿਓ ਕਰਕੇ ਦਿਖਾ ਦਿਓ ਜੀ। ਹਰ ਇੱਕ ਮੋਟਰਸਾਈਕਲ ਦੇ ਪ੍ਰੋਪਰ ਸਟੈਂਡ ਹੈ, ਉਹ ਆਪਣੇ ਸਟੈਂਡ 'ਤੇ ਖੜ੍ਹਾ ਹੈਗਾ। ਕਿਸੇ ਕੋਈ ਵੀ ਕੰਧ ਦਾ ਸਹਾਰਾ ਨਹੀਂ ਅਤੇ ਕਿਸੇ ਪਾਸੇ ਉਹ ਟੇਢਾ ਨਹੀਂ ਖੜ੍ਹਾ ਗਏ। ਸਾਰੇ ਹੀ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਦੇ ਸਟੈਂਡ 'ਤੇ ਖੜ੍ਹੇ ਨੇ। ਸੋ ਜਿਹੜੀ ਗੱਲ ਤੁਸੀਂ ਕੱਲ੍ਹ ਕਹੀ ਹੈ ਕਿ ਹਾਂ ਵੀ ਦੁੱਧ ਵਾਲਿਆਂ ਦਾ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਉਹ ਤੁਹਾਨੂੰ ਦਿਖਾ ਦਿੱਤਾ ਹੈਗਾ। ਸ਼ਾਇਦ ਤੁਹਾਡੀ ਨਿਗਾਹ ਘੱਟ ਕੰਮ ਕਰਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਦੁੱਧ ਵਾਲਿਆਂ ਦੇ ਸਟੈਂਡ ਨਹੀਂ ਦੇਖਦੇ ਗੇ। ਬਾਕੀ ਤੁਹਾਡਾ ਕੰਮ ਹੈ ਸਿਆਸੀ, ਤੁਸੀਂ ਲੋਕਾਂ ਦੀਆਂ ਭਾਵਨਾ ਨਾਲ ਖੇਡਦੇ ਹੋ। ਸਿਆਸੀ ਲੋਕ ਜਿਹੜੇ ਅਸੀਂ ਆਪਣੀ ਕਿਰਤ ਕਰਦੇ ਹਾਂ, ਅਸੀਂ ਆਪਣੇ ਬੱਚੇ ਪਾਲਦੇ ਹਾਂ ਇਸ ਦੁੱਧ ਵਾਲੇ ਮੋਟਰਸਾਈਕਲਾਂ ਦੇ ਉੱਪਰ। ਅਸੀਂ ਕਿਸੇ ਨਾਲ ਝੂਠ, ਫਰੇਬ, ਤੂਫਾਨ ਉਹੋ ਜਿਹਾ ਕੁਝ ਨਹੀਂ ਬੋਲਦੇ। ਅਸੀਂ ਆਪਣੇ ਬੱਚੇ ਪਾਲ ਰਹੇ ਹਾਂ, ਅਸੀਂ ਪ੍ਰੋਪਰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ। ਜ਼ਿੰਮੇਵਾਰੀ ਦੇ ਹਿਸਾਬ ਨਾਲ ਅਸੀਂ ਉੱਠ ਕੇ ਆਪਣੀ ਜਿਹੜੀ ਕਿਰਤ ਸ਼ੁਰੂ ਕਰਦੇ ਹਾਂ ਅਤੇ ਜ਼ਿੰਮੇਵਾਰੀ ਨਾਲ ਘਰ ਘਰ ਜਾ ਕੇ ਅਸੀਂ ਜਿਹੜਾ ਦੁੱਧ ਪਹੁੰਚਾਉਂਦੇ ਹਾਂ। ਸਾਡੇ ਮੋਟਰਸਾਈਕਲਾਂ ਦੇ ਉੱਪਰ ਜਿਹੜਾ ਹੈਗਾ ਕੁਆਂਟਲ ਕੁਆਂਟਲ ਡੇਢ ਡੇਢ ਕੁਆਂਟਲ ਜਿਹੜਾ ਵਜ਼ਨ ਹੁੰਦਾ, ਜਿਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਸਾਂਭਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਕੱਲੀ ਆਪਣੀ ਦੇਹ ਨੂੰ ਹੀ ਸਾਂਭ ਸਕਦੇ ਹੋ। ਬਹੁਤ ਵਾਰੀ ਵੇਖਿਆ ਕਿ ਤੁਹਾਡੀ ਦੇਹ ਲੈ ਕੇ ਤੁਹਾਡੇ ਤੋਂ ਚੱਲਿਆ ਨਹੀਂ ਜਾਂਦਾ ਗਾ। ਕਈ ਵਾਰੀ ਡੱਗ ਮਗਾਉਂਦੇ ਹੋ, ਅਸੀਂ ਅਕਸਰ ਹੀ ਉਹ ਚੈਨਲਾਂ ਦੇ ਵਿੱਚ ਵੇਖਿਆ। ਪਰ ਸਾਡੇ ਜਿਹੜੇ ਦੁੱਧ ਵਾਲੇ ਭਰਾਵਾਂ ਦਾ ਜਿਹੜਾ ਮਜ਼ਾਕ ਤੁਸੀਂ ਬਣਾਇਆ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਜਾਂ ਇਹਨਾਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਇਸ ਕਰਕੇ ਜਿਹੜੇ ਛੋਟੀ ਥੋੜੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਕਿ ਇਹ ਦੁੱਧ ਵਾਲਿਆਂ ਦਾ ਪ੍ਰੋਪਰ ਸਟੈਂਡ ਹੁੰਦਾ ਗਾ। ਇਹ ਸਾਡੇ ਵੀਰ ਬਹੁਤ ਹੀ ਮਿਹਨਤਕਸ਼ ਵੀਰ ਨੇ ਜਿਹੜੇ ਆਪਣੀ ਮਿਹਨਤ ਕਰਕੇ ਬੱਚੇ ਪਾਲ ਰਹੇ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਮਜ਼ਾਕ ਉਡਾਇਆ ਦੁੱਧ ਵਾਲਿਆਂ ਦਾ, ਪੂਰੇ ਹੀ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਦੁੱਧ ਦਾ ਧੰਦਾ ਕਰ ਰਹੇ ਨੇ ਲੋਕ, ਉਹਨਾਂ ਤੋਂ ਤੁਸੀਂ ਆਪਦੀ ਮਾਫ਼ੀ ਮੰਗੋ ਤਾਂ ਜੋ ਜਿਹੜੀ ਸਾਡੇ ਨਾਲ ਜਿਹੜੀ ਤੁਸੀਂ ਇਹ ਸਾਡੀ ਬੇਇੱਜ਼ਤੀ ਕੀਤੀ ਆ, ਸਾਡੇ ਵੀ ਧੰਦੇ ਦੀ ਬੇਇੱਜ਼ਤੀ ਕੀਤੀ ਆ, ਉਹ 'ਤੇ ਸਾਨੂੰ ਕੁਝ ਨਾ ਕੁਝ ਸਕੂਨ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਜੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਕੋਟਕਪੂਰੇ ਦੇ ਬਛਿੰਦੇ ਹੈ, ਜਿਹਨਾਂ ਕਿ ਜਿਵੇਂ ਕਿ ਸਾਡੇ ਨੇੜਲੇ ਪਿੰਡ ਸੰਧਵਾਂ ਦੇ ਕੁਲਤਾਰ ਸਿੰਘ ਜੀ ਸੰਧਵਾਂ ਐਮ ਐਲ ਏ ਹਨ, ਉਹਨਾਂ ਦੇ
ਇਲੈਕਸ਼ਨ ਸੀ ਉਹਨਾਂ ਦੇ ਵਿੱਚ ਅਸੀਂ ਉਹਨਾਂ ਸਤਿ ਸ਼੍ਰੀ ਅਕਾਲ ਦੋਸਤੋ ਕੱਲ੍ਹ ਸੰਗਰੂਰ ਤੋਂ ਜਿਹੜੇ ਸਾਂਸਦ ਨੇ ਐਮ ਪੀ ਨੇ ਭਗਵੰਤ ਮਾਨ ਜੀ ਉਹਨਾਂ ਵੱਲੋਂ ਇੱਕ ਬਿਆਨ ਆਇਆ ਗਾ ਕਿ ਜਿਹਦਾ ਵਿੱਚ ਉਹਨਾਂ ਨੇ ਕਿਹਾ ਕਿ ਦੁੱਧ ਵਾਲਿਆਂ ਦਾ ਕੋਈ ਸਟੈਂਡ ਨਹੀਂ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ। ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਮੈਂ ਦਿਖਾ ਦਿਆਂ, ਅੱਖਾਂ ਖੋਲ੍ਹ ਕੇ ਦੇਖੋ ਜੀ, ਆਹ ਮੋਟਰਸਾਈਕਲ ਖੜ੍ਹੇ ਨੇ ਭਗਵੰਤ ਮਾਨ ਸਾਹਿਬ, ਆਹ ਮੋਟਰਸਾਈਕਲ ਸਾਰੇ ਸਟੈਂਡ 'ਤੇ ਆ। ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਸਾਰੇ ਮੋਟਰਸਾਈਕਲ ਨੇੜਿਓ ਕਰਕੇ ਦਿਖਾ ਦਿਓ ਜੀ। ਹਰ ਇੱਕ ਮੋਟਰਸਾਈਕਲ ਦੇ ਪ੍ਰੋਪਰ ਸਟੈਂਡ ਹੈ, ਉਹ ਆਪਣੇ ਸਟੈਂਡ 'ਤੇ ਖੜ੍ਹਾ ਹੈਗਾ, ਕਿਸੇ ਕੋਈ ਵੀ ਕੰਧ ਦਾ ਸਾਰਾ ਨਹੀਂ ਅਤੇ ਕਿਸੇ ਪਾਸੇ ਉਹ ਟੇਢਾ ਨਹੀਂ ਖੜ੍ਹਾ ਗਿਆ। ਸਾਰੇ ਹੀ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਦੇ ਸਟੈਂਡ 'ਤੇ ਖੜ੍ਹੇ ਨੇ। ਸੋ ਜਿਹੜੀ ਗੱਲ ਤੁਸੀਂ ਕੱਲ੍ਹ ਕਹੀ ਹੈ ਕਿ ਹਾਂ ਵੀ ਦੁੱਧ ਵਾਲਿਆਂ ਦਾ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਉਹ ਤੁਹਾਨੂੰ ਦਿਖਾ ਦਿੱਤਾ ਹੈਗਾ, ਸ਼ਾਇਦ ਤੁਹਾਡੀ ਨਿਗਾਹ ਘੱਟ ਕੰਮ ਕਰਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਦੁੱਧ ਵਾਲਿਆਂ ਦੇ ਸਟੈਂਡ ਨਹੀਂ ਦੇਖਦੇ ਗੇ। ਬਾਕੀ ਤੁਹਾਡਾ ਕੰਮ ਹੈ ਸਿਆਸੀ, ਤੁਸੀਂ ਲੋਕਾਂ ਦੀਆਂ ਭਾਵਨਾ ਨਾਲ ਖੇਡਦੇ ਹੋ। ਸਿਆਸੀ ਲੋਕ ਜਿਹੜੇ ਅਸੀਂ ਆਪਣੀ ਕਿਰਤ ਕਰਦੇ ਹਾਂ, ਅਸੀਂ ਆਪਣੇ ਬੱਚੇ ਪਾਲਦੇ ਹਾਂ ਇਸ ਦੁੱਧ ਵਾਲੇ ਮੋਟਰਸਾਈਕਲਾਂ ਦੇ ਉੱਪਰ, ਅਸੀਂ ਕਿਸੇ ਨਾਲ ਝੂਠ ਫਰੇਬ ਤੂਫਾਨ ਉਹੋ ਜਿਹਾ ਕੁਝ ਨਹੀਂ ਬੋਲਦੇ, ਅਸੀਂ ਆਪਣੇ ਬੱਚੇ ਪਾਲ ਰਹੇ ਹਾਂ, ਅਸੀਂ ਪ੍ਰੋਪਰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ। ਜ਼ਿੰਮੇਵਾਰੀ ਦੇ ਹਿਸਾਬ ਨਾਲ ਅਸੀਂ ਉੱਠ ਕੇ ਆਪਣੀ ਜਿਹੜੀ ਕਿਰਤ ਸ਼ੁਰੂ ਕਰਦੇ ਹਾਂ ਅਤੇ ਜ਼ਿੰਮੇਵਾਰੀ ਨਾਲ ਘਰ ਘਰ ਜਾ ਕੇ ਅਸੀਂ ਜਿਹੜਾ ਦੁੱਧ ਪਹੁੰਚਾਉਂਦੇ ਹਾਂ। ਸਾਡੇ ਮੋਟਰਸਾਈਕਲਾਂ ਦੇ ਉੱਪਰ ਜਿਹੜਾ ਹੈਗਾ ਕੁਇੰਟਲ ਕੁਇੰਟਲ ਡੇਢ ਡੇਢ ਕੁਇੰਟਲ ਜਿਹੜਾ ਵਜ਼ਨ ਹੁੰਦਾ, ਜਿਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਸਾਂਭਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਕੱਲੀ ਆਪਣੀ ਦੇਹ ਨੂੰ ਹੀ ਸਾਂਭ ਸਕਦੇ ਹੋ, ਬਹੁਤ ਵਾਰੀ ਵੇਖਿਆ ਕਿ ਤੁਹਾਡੀ ਦੇਹ ਲੈ ਕੇ ਤੁਹਾਡੇ ਤੋਂ ਚੱਲਿਆ ਨਹੀਂ ਜਾਂਦਾ ਗਾ, ਕਈ ਵਾਰੀ ਡੱਗ ਮਗਾਉਂਦੇ ਹੋ, ਅਸੀਂ ਅਕਸਰ ਹੀ ਉਹ ਚੈਨਲਾਂ ਦੇ ਵਿੱਚ ਵੇਖਿਆ। ਪਰ ਸਾਡੇ ਜਿਹੜੇ ਦੁੱਧ ਵਾਲੇ ਭਰਾਵਾਂ ਦਾ ਜਿਹੜਾ ਮਜ਼ਾਕ ਤੁਸੀਂ ਬਣਾਇਆ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਜਾਂ ਇਹਨਾਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਇਸ ਕਰਕੇ ਜਿਹੜੇ ਛੋਟੀ ਥੋੜ੍ਹੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਕਿ ਇਹ ਦੁੱਧ ਵਾਲਿਆਂ ਦਾ ਪ੍ਰੋਪਰ ਸਟੈਂਡ ਹੁੰਦਾ ਗਾ। ਇਹ ਸਾਡੇ ਵੀਰ ਬਹੁਤ ਹੀ ਮਿਹਨਤਕਸ਼ ਵੀਰ ਨੇ ਜਿਹੜੇ ਆਪਣੀ ਮਿਹਨਤ ਕਰਕੇ ਬੱਚੇ ਪਾਲ ਰਹੇ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਮਜ਼ਾਕ ਉਡਾਇਆ ਦੁੱਧ ਵਾਲਿਆਂ ਦਾ, ਪੂਰੇ ਹੀ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਦੁੱਧ ਦਾ ਧੰਦਾ ਕਰ ਰਹੇ ਨੇ ਲੋਕ, ਉਹਨਾਂ ਤੋਂ ਤੁਸੀਂ ਆਪਦੀ ਮਾਫ਼ੀ ਮੰਗੋ, ਤਾਂ ਜੋ ਜਿਹੜੀ ਸਾਡੇ ਨਾਲ ਜਿਹੜੀ ਤੁਸੀਂ ਇਹ ਸਾਡੀ ਬੇਇੱਜ਼ਤੀ ਕੀਤੀ ਹੈ, ਸਾਡੇ ਵੀ ਧੰਦੇ ਦੀ ਬੇਇੱਜ਼ਤੀ ਕੀਤੀ ਹੈ, ਉਹ 'ਤੇ ਸਾਨੂੰ ਕੁਛ ਨਾ ਕੁਛ ਸਕੂਨ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਜੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਕੋਟਕਪੂਰੇ ਦੇ ਬਛਿੰਦੇ ਹੈ, ਜਿਨ੍ਹਾਂ ਕਿ ਜਿਵੇਂ ਕਿ ਸਾਡੇ ਨੇੜਲੇ ਪਿੰਡ ਸੰਧਵਾਂ ਦੇ ਕੁਲਤਾਰ ਸਿੰਘ ਜੀ ਸੰਧਵਾਂ ਐਮ ਐਲ ਏ ਹਨ, ਉਹਨਾਂ ਦੇ ਵਿੱਚ ਜੋ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਅਸੀਂ ਉਹਨਾਂ ਸਤਿ ਸ਼੍ਰੀ ਅਕਾਲ ਦੋਸਤੋ, ਕੱਲ੍ਹ ਸੰਗਰੂਰ ਤੋਂ ਜਿਹੜੇ ਸਾਂਸਦ ਨੇ ਐਮ ਪੀ ਨੇ ਭਗਵੰਤ ਮਾਨ ਜੀ ਉਹਨਾਂ ਵੱਲੋਂ ਇੱਕ ਬਿਆਨ ਆਇਆ ਗਾ ਕਿ ਜਿਹਦਾ ਵਿੱਚ ਉਹਨਾਂ ਨੇ ਕਿਹਾ ਕਿ ਦੁੱਧ ਵਾਲਿਆਂ ਦਾ ਕੋਈ ਸਟੈਂਡ ਨਹੀਂ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ। ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਮੈਂ ਦਿਖਾ ਦਿਆਂ, ਅੱਖਾਂ ਖੋਲ੍ਹ ਕੇ ਦੇਖੋ ਜੀ, ਆਹ ਮੋਟਰਸਾਈਕਲ ਖੜ੍ਹੇ ਨੇ ਭਗਵੰਤ ਮਾਨ ਸਾਹਿਬ, ਆਹ ਮੋਟਰਸਾਈਕਲ ਸਾਰੇ ਸਟੈਂਡ 'ਤੇ ਆ। ਕੈਮਰਾਮੈਨ ਨੂੰ ਬੇਨਤੀ ਕਰਦਾ ਇਹ ਸਾਰੇ ਮੋਟਰਸਾਈਕਲ ਨੇੜਿਓ ਕਰਕੇ ਦਿਖਾ ਦਿਓ ਜੀ। ਹਰ ਇੱਕ ਮੋਟਰਸਾਈਕਲ ਦੇ ਪ੍ਰੋਪਰ ਸਟੈਂਡ ਹੈ, ਉਹ ਆਪਣੇ ਸਟੈਂਡ 'ਤੇ ਖੜ੍ਹਾ ਹੈਗਾ, ਕਿਸੇ ਕੋਈ ਵੀ ਕੰਧ ਦਾ ਸਾਰਾ ਨਹੀਂ ਅਤੇ ਕਿਸੇ ਪਾਸੇ ਉਹ ਟੇਢਾ ਨਹੀਂ ਖੜ੍ਹਾ ਗਿਆ। ਸਾਰੇ ਹੀ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਆਪਦੇ ਸਟੈਂਡ 'ਤੇ ਖੜ੍ਹੇ ਨੇ। ਸੋ ਜਿਹੜੀ ਗੱਲ ਤੁਸੀਂ ਕੱਲ੍ਹ ਕਹੀ ਹੈ ਕਿ ਹਾਂ ਵੀ ਦੁੱਧ ਵਾਲਿਆਂ ਦਾ ਜਾਂ ਦੁੱਧ ਵਾਲਿਆਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਉਹ ਤੁਹਾਨੂੰ ਦਿਖਾ ਦਿੱਤਾ ਹੈਗਾ, ਸ਼ਾਇਦ ਤੁਹਾਡੀ ਨਿਗਾਹ ਘੱਟ ਕੰਮ ਕਰਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਦੁੱਧ ਵਾਲਿਆਂ ਦੇ ਸਟੈਂਡ ਨਹੀਂ ਦੇਖਦੇ ਗੇ। ਬਾਕੀ ਤੁਹਾਡਾ ਕੰਮ ਹੈ ਸਿਆਸੀ, ਤੁਸੀਂ ਲੋਕਾਂ ਦੀਆਂ ਭਾਵਨਾ ਨਾਲ ਖੇਡਦੇ ਹੋ। ਸਿਆਸੀ ਲੋਕ ਜਿਹੜੇ ਅਸੀਂ ਆਪਣੀ ਕਿਰਤ ਕਰਦੇ ਹਾਂ, ਅਸੀਂ ਆਪਣੇ ਬੱਚੇ ਪਾਲਦੇ ਹਾਂ ਇਸ ਦੁੱਧ ਵਾਲੇ ਮੋਟਰਸਾਈਕਲਾਂ ਦੇ ਉੱਪਰ, ਅਸੀਂ ਕਿਸੇ ਨਾਲ ਝੂਠ ਫਰੇਬ ਤੂਫਾਨ ਉਹੋ ਜਿਹਾ ਕੁਝ ਨਹੀਂ ਬੋਲਦੇ, ਅਸੀਂ ਆਪਣੇ ਬੱਚੇ ਪਾਲ ਰਹੇ ਹਾਂ, ਅਸੀਂ ਪ੍ਰੋਪਰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਹਾਂ। ਜ਼ਿੰਮੇਵਾਰੀ ਦੇ ਹਿਸਾਬ ਨਾਲ ਅਸੀਂ ਉੱਠ ਕੇ ਆਪਣੀ ਜਿਹੜੀ ਕਿਰਤ ਸ਼ੁਰੂ ਕਰਦੇ ਹਾਂ ਅਤੇ ਜ਼ਿੰਮੇਵਾਰੀ ਨਾਲ ਘਰ ਘਰ ਜਾ ਕੇ ਅਸੀਂ ਜਿਹੜਾ ਦੁੱਧ ਪਹੁੰਚਾਉਂਦੇ ਹਾਂ। ਸਾਡੇ ਮੋਟਰਸਾਈਕਲਾਂ ਦੇ ਉੱਪਰ ਜਿਹੜਾ ਹੈਗਾ ਕੁਇੰਟਲ ਕੁਇੰਟਲ ਡੇਢ ਡੇਢ ਕੁਇੰਟਲ ਜਿਹੜਾ ਵਜ਼ਨ ਹੁੰਦਾ, ਜਿਹਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਸਾਂਭਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਕੱਲੀ ਆਪਣੀ ਦੇਹ ਨੂੰ ਹੀ ਸਾਂਭ ਸਕਦੇ ਹੋ, ਬਹੁਤ ਵਾਰੀ ਵੇਖਿਆ ਕਿ ਤੁਹਾਡੀ ਦੇਹ ਲੈ ਕੇ ਤੁਹਾਡੇ ਤੋਂ ਚੱਲਿਆ ਨਹੀਂ ਜਾਂਦਾ ਗਾ, ਕਈ ਵਾਰੀ ਡੱਗ ਮਗਾਉਂਦੇ ਹੋ, ਅਸੀਂ ਅਕਸਰ ਹੀ ਉਹ ਚੈਨਲਾਂ ਦੇ ਵਿੱਚ ਵੇਖਿਆ। ਪਰ ਸਾਡੇ ਜਿਹੜੇ ਦੁੱਧ ਵਾਲੇ ਭਰਾਵਾਂ ਦਾ ਜਿਹੜਾ ਮਜ਼ਾਕ ਤੁਸੀਂ ਬਣਾਇਆ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਜਾਂ ਇਹਨਾਂ ਦੇ ਮੋਟਰਸਾਈਕਲ ਦਾ ਕੋਈ ਸਟੈਂਡ ਨਹੀਂ, ਇਸ ਕਰਕੇ ਜਿਹੜੇ ਛੋਟੀ ਥੋੜ੍ਹੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾਏ ਗਏ ਨੇ ਕਿ ਇਹ ਦੁੱਧ ਵਾਲਿਆਂ ਦਾ ਪ੍ਰੋਪਰ ਸਟੈਂਡ ਹੁੰਦਾ ਗਾ। ਇਹ ਸਾਡੇ ਵੀਰ ਬਹੁਤ ਹੀ ਮਿਹਨਤਕਸ਼ ਵੀਰ ਨੇ ਜਿਹੜੇ ਆਪਣੀ ਮਿਹਨਤ ਕਰਕੇ ਬੱਚੇ ਪਾਲ ਰਹੇ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਮਜ਼ਾਕ ਉਡਾਇਆ ਦੁੱਧ ਵਾਲਿਆਂ ਦਾ, ਪੂਰੇ ਹੀ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਦੁੱਧ ਦਾ ਧੰਦਾ ਕਰ ਰਹੇ ਨੇ ਲੋਕ, ਉਹਨਾਂ ਤੋਂ ਤੁਸੀਂ ਆਪਦੀ ਮਾਫ਼ੀ ਮੰਗੋ, ਤਾਂ ਜੋ ਜਿਹੜੀ ਸਾਡੇ ਨਾਲ ਜਿਹੜੀ ਤੁਸੀਂ ਇਹ ਸਾਡੀ ਬੇਇੱਜ਼ਤੀ ਕੀਤੀ ਹੈ, ਸਾਡੇ ਵੀ ਧੰਦੇ ਦੀ ਬੇਇੱਜ਼ਤੀ ਕੀਤੀ ਹੈ, ਉਹ 'ਤੇ ਸਾਨੂੰ ਕੁਛ ਨਾ ਕੁਛ ਸਕੂਨ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਜੀ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਕੋਟਕਪੂਰੇ ਦੇ ਬਛਿੰਦੇ ਹੈ, ਜਿਨ੍ਹਾਂ ਕਿ ਜਿਵੇਂ ਕਿ
ਸਾਡੇ ਨੇੜਲੇ ਪਿੰਡ ਸੰਧਵਾਂ ਦੇ ਕੁਲਤਾਰ ਸਿੰਘ ਜੀ ਸੰਧਵਾਂ ਐਮ ਐਲ ਏ ਹਨ, ਉਹਨਾਂ ਨੂੰ ਵੋਟ ਦੇ ਵਿੱਚ ਜੋ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਅਸੀਂ